ਤੁਸੀਂ ਕਿਹੜੀ ਕਿਹੜੀ ਚੀਜ਼ਾਂ ਇਸਤੇਮਾਲ ਕਰਨੀਆਂ ਨੇ ਅਤੇ ਕਬੂਤਰ ਨੂੰ ਦੇਣ ਦਾ ਤਰੀਕਾਕਾਰ ਕੀ, ਉਹ ਵੀ ਜਿਹੜਾ ਤਰੀਕਾਕਾਰ ਤੁਹਾਡੇ ਦੋਸਤਾਂ ਦੇ ਨਾਲ ਸ਼ੇਅਰ ਕਰਨੇ ਆ। ਸਲਾਮੁਅਲੈਕਮ ਸਾਰਿਆਂ ਦੋਸਤਾਂ ਭਰਾਵਾਂ ਦਾ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਉਮੀਦ ਹੈ ਸਾਰੇ ਭਰਾ ਠੀਕ ਠਾਕ ਹੋਣਗੇ। ਅਤੇ ਅਸੀਂ ਲੱਗੇ ਹਾਂ ਖੁਰਾਕ ਵਗੈਰਾ ਤਿਆਰ ਕਰਨ, ਅਤੇ ਮੈਂ ਚਲੋ ਦੋਸਤਾਂ ਦੇ ਨਾਲ ਖੁਰਾਕ ਵੀ ਤਿਆਰ ਕਰਨ ਦਾ ਤਰੀਕਾਕਾਰ ਦੱਸ ਦਿੰਦੇ ਹਾਂ ਅਤੇ ਅਸੀਂ ਕੀ ਕੁਝ ਇਸਤੇਮਾਲ ਪੇ ਕਰਦੇ ਹਾਂ। ਅਤੇ ਜ਼ਿਆਦਾ ਕੁਝ ਦੋ ਤਿੰਨ ਚੀਜ਼ਾਂ ਇਸਤੇਮਾਲ ਕਰਦੇ ਹਾਂ, ਕਾਫੀ ਲੋਕ ਜਿਹੜਾ ਬੜਾ ਕੁਝ ਇਸਤੇਮਾਲ ਕਰਦੇ ਨੇ ਅਤੇ ਅਸੀਂ ਇੰਨਾ ਕੁਝ ਤਾਂ ਨਹੀਂ, ਬਹਰਹਾਲ ਥੋੜ੍ਹਾ ਜਿਹਾ ਇਸਤੇਮਾਲ ਕਰਦੇ ਹਾਂ। ਤਾਂ ਉਹਦੇ ਵਾਸਤੇ ਉਹਨਾਂ ਦਾ ਤਰੀਕਾਕਾਰ ਕੀ, ਇੱਕ ਸੁਬਹਾ ਰਾਤ ਦੇ ਟਾਈਮ ਤੁਸੀਂ ਅਗਰ ਅਕਸਰ ਬਦਾਮ ਤਰੋੜ ਕੇ ਤੁਸੀਂ ਗਿੱਲੇ ਕਰਕੇ ਭਿਓ ਦਿੰਦੇ ਹੋ, ਠੀਕ ਹੈ, ਅਤੇ ਸੁਬਹਾ ਉਹਨਾਂ ਦੇ ਛਿਲਕੇ ਲਾ ਕੇ ਉਹਨਾਂ ਨੂੰ ਚੈੱਕ ਕਰਕੇ ਤੁਸੀਂ ਇਹ ਕੁੰਡੀ ਵਿੱਚ ਪਾ ਕੇ ਰਗੜੇ ਕਰਦੇ ਹੋ। ਉਸ ਤੋਂ ਪਹਿਲੇ ਤੁਸੀਂ ਬਦਾਮ ਪਾਉਣ ਤੋਂ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਇਸਤੇਮਾਲ ਕਰਨੀਆਂ ਨੇ ਅਤੇ ਕਬੂਤਰ ਨੂੰ ਦੇਣ ਦਾ ਤਰੀਕਾਕਾਰ ਕੀ, ਉਹ ਵੀ ਜਿਹੜਾ ਤਰੀਕਾਕਾਰ ਤੁਹਾਡੇ ਦੋਸਤਾਂ ਦੇ ਨਾਲ ਸ਼ੇਅਰ ਕਰਨੇ ਆ। ਅਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ, ਮੋਟੀ ਇਲਾਚੀ ਹੈ, ਇਹਦੇ ਬੀਜ ਤੁਸੀਂ ਇਸਤੇਮਾਲ ਕਰਨੇ ਨੇ, ਛਿਲਕਾ ਲਾ ਕੇ ਉਤੋਂ, ਅਤੇ ਇਹਦੇ ਬੀਜ ਇਸਤੇਮਾਲ ਕਰਨੇ ਤਕਰੀਬਨ, ਜੇ ਅਗਰ ਤੁਹਾਡੀ 100 ਗੜੀ ਹੈ ਤਾਂ ਤੁਸੀਂ ਇਹਦੇ 10 ਕੁ ਜਿਹੜੇ ਨੇ ਬੀਜ ਉਹ ਇਸਤੇਮਾਲ ਕਰਨੇ ਨੇ। ਉਸ ਤੋਂ ਇਲਾਵਾ ਮਣੱਕਾ, ਮਣੱਕੇ ਦਾ ਤਾਂ ਸਾਡੇ ਦੋਸਤਾਂ ਨੂੰ ਪਤਾ ਕਿ ਮਣੱਕਾ ਜਿਹੜਾ ਨਾ ਕਿਸ ਤਰ੍ਹਾਂ ਬਣਿਆ, ਅਗਰ ਤੁਹਾਡੇ ਕੋਲ 100 ਬਦਾਮ ਅਤੇ 2 ਦਾਣੇ ਤੁਸੀਂ ਜਿਹੜੇ ਨਾ ਮਣੱਕੇ ਦੇ ਇਸਤੇਮਾਲ ਕਰਨੇ ਨੇ, ਤਾਂ ਮਣੱਕੇ ਦੇ ਬੀਜ ਕੱਢ ਕੇ ਨਾ ਅਤੇ ਫਿਰ ਤੁਸੀਂ ਜਿਹੜਾ ਨਾ ਉਹਨੂੰ ਜਿਹੜਾ ਸਿਰਫ ਮਣੱਕਾ ਹੋਣਾ ਨੇ ਸਾਡਾ, ਉਹ ਤੁਸੀਂ ਪਾ ਕੇ ਪਹਿਲੇ ਸਭ ਤੋਂ ਪਹਿਲਾਂ ਤੁਸੀਂ ਬੀਜ ਪਾ ਕੇ ਮੋਟੀ ਇਲਾਚੀ ਦੇ ਕੁੰਡੇ ਦੇ ਵਿੱਚ ਉਹਨੂੰ ਰਗੜ ਲੈਣਾ, ਅੱਛੀ ਤਰ੍ਹਾਂ ਪਾਊਡਰ ਬਣਾ ਲੈਣਾ। ਪਾਊਡਰ ਬਣਾਉਣ ਤੋਂ ਬਾਅਦ ਵਿੱਚ ਮਣੱਕਾ ਇਸਤੇਮਾਲ ਕਰਨਾ। ਇਹ ਦੋਸਤ ਤੁਸੀਂ ਚੈੱਕ ਕਰ ਸਕਦੇ ਮਣੱਕਾ, ਠੀਕ ਹੈ, ਅਤੇ ਮਣੱਕਾ ਬਿਲਕੁਲ ਸਹੀ ਅਤੇ ਸਾਫ਼ ਸੁਥਰਾ ਤੁਸੀਂ ਤਾਜ਼ਾ ਮਣੱਕਾ ਲੈਣਾ, ਸੁੱਕਾ ਹੋਇਆ ਬਿਲਕੁਲ ਮਣੱਕਾ ਨਾ ਹੋਏ, ਰਸ ਭਰਿਆ ਮਣੱਕਾ ਹੋਏ, ਠੀਕ ਹੈ। ਅਤੇ ਤੁਸੀਂ ਪਾਊਡਰ ਬਣਾ ਕੇ ਅਤੇ ਫਿਰ ਜਿਹੜਾ ਉਹਨਾਂ ਨੂੰ ਉਹਦੇ ਵਿੱਚ ਮਣੱਕਾ ਇਸਤੇਮਾਲ ਕਰ ਲੈਣਾ, 2 ਦਾਣੇ, ਉਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਉਹਦਾ ਮਜੂਨ ਜਿਹਾ ਬਣਾ ਕੇ ਉਹਦੇ ਵਿੱਚ ਬਾਅਦ ਤੁਸੀਂ ਆਸਤਾ ਆਸਤਾ ਜਿਹੜਾ ਥੋੜ੍ਹੇ ਥੋੜ੍ਹੇ ਬਦਾਮ ਪਾ ਕੇ ਉਹਨੂੰ ਭੰਨ ਕੇ ਅਤੇ ਮਿਕਸ, ਅਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਤਿਆਰ ਕਰਨੇ ਆ। ਅਤੇ ਹੋਰ ਖੁਰਾਕ ਦੇ ਵਿੱਚ ਤੁਸੀਂ ਚਾਰਮਗ ਵੀ ਇਸਤੇਮਾਲ ਕਰ ਸਕਦੇ ਹੋ, ਅਕਸਰ ਗਰਮੀ ਬਹੁਤ ਜ਼ਿਆਦਾ ਪੈਂਦੀ ਅਤੇ ਚਾਰਮਗ ਦਾ ਤਸੀਰ ਠੰਡਾ ਹੁੰਦਾ, ਅਤੇ ਚਾਰਮਗ ਇਸਤੇਮਾਲ ਵੀ ਤੁਸੀਂ ਕਰ ਸਕਦੇ ਹੋ ਜਿਹੜਾ ਤੁਹਾਡੇ ਜਿਹੜਾ ਕਬੂਤਰ ਗਰਮੀ ਮਹਿਸੂਸ ਜਿਹੜਾ ਨਾ ਉਹ ਜ਼ਿਆਦਾ ਨਹੀਂ ਕਰਦਾ। ਤਿਆਰ ਹੋਏਗੀ ਅਤੇ ਉਹ ਵੀ ਜਿਹੜਾ ਨਾ ਤਿਆਰ ਹੋਣ ਤੋਂ ਬਾਅਦ ਗੋਲੀਆਂ ਬਣਾ ਕੇ ਤੁਹਾਨੂੰ ਦੋਸਤਾਂ ਨੂੰ ਚੈੱਕ ਕਰਵਾਵਾਂਗੇ। ਅਤੇ ਜਿਹੜੇ ਮੇਰੇ ਦੋਸਤ ਨੂੰ ਵੀਡੀਓ ਅੱਛੀ ਲੱਗਦੀ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਜਿਹੜੀ ਮੇਰੀ ਨਵੀਂ ਵੀਡੀਓ ਚੜ੍ਹਦੀ ਤੁਹਾਡੇ ਦੋਸਤਾਂ ਤੱਕ ਸਭ ਤੋਂ ਪਹਿਲੇ ਪਹੁੰਚ ਸਕੇ। ਹਲਕਾ ਹਲਕਾ ਤੁਸੀਂ ਪਾਣੀ ਵੀ ਇਸਤੇਮਾਲ ਕਰਨਾ ਕਤਰਿਆਂ ਦੇ ਬਰਾਬਰ, ਤਾਂ ਕਿ ਖੁਰਾਕ ਦੇ ਵਿੱਚੋਂ ਤੇਲ ਨਾ ਨਿਕਲੇ, ਅਤੇ ਪਾਣੀ ਇਸ ਤਰ੍ਹਾਂ ਲਾਉਣਾ ਕਿ ਜ਼ਿਆਦਾ ਵੀ ਨਾ ਲੱਗੇ ਅਤੇ ਖੁਰਾਕ ਖਰਾਬ ਨਾ ਹੋਏ, ਅਤੇ ਬਿਲਕੁਲ ਥੋੜ੍ਹਾ ਥੋੜ੍ਹਾ ਤੁਸੀਂ ਪਾਣੀ ਲਾਉਣਾ ਅਤੇ ਬਿਲਕੁਲ ਮਲਾਈ ਬਣ ਜਾਏਗੀ ਅਤੇ ਫਿਰ ਤੁਹਾਡੀ ਖੁਰਾਕ ਤਿਆਰ ਹੋਏਗੀ। ਆਪਣੇ ਆਪ ਨੂੰ ਕੁੰਡੀ ਵੀ ਛੱਡਣ ਲੱਗ ਪਏਗੀ, ਜਿਹੜਾ ਨਾ ਖੁਰਾਕ ਅਤੇ ਡੰਡੀ ਨਾਲ ਛੱਡਣ ਲੱਗ ਪਏਗੀ, ਇਕੱਠੀ ਹੋਈ ਜਾਏਗੀ ਸਾੜੀ, ਅਤੇ ਫਿਰ ਤੁਹਾਡੀ ਖੁਰਾਕ ਜਾ ਕੇ ਤਿਆਰ ਹੋਏਗੀ।